संगरूर दे पिंड बेनड़ा विच उस समय हाहाकार मच गई जदों अपने घर दे बाहर खेल रहे एक 5.5 साल दे बच्चे नूं कुत्तिया ने नोच नोच के मार दिता। बच्चे नूं हस्पताल लिजाया गया जिथे डाक्टर ने उस नूं मृतक घोषित कर दिता। इस मौके ते मां अपने बच्चे दे कपड़िया नूं सीने नाल लगा के ताहा मार के रो रही है। पिंड वासियों का कहना है कि पिंड विच हड्डा रोड़ी रचलदिआं काफ़ी कुत्ते जमा रहिंदे हन जिस करके अजिहीआं घटनावां हुंदीआं हन। दाखल करता जी पिंड नाले दे लवी ਉੱਥੋਂ ਧੂਰੀ ਤੋਂ ਜੀ ਉਹ ਕਹਿੰਦੇ ਵੀ ਧਪੂਰਾ ਹੈ ਪਰ ਉੱਥੇ ਇੱਥੇ ਸੰਗਰੂਰ 'ਚ ਕਵਾਤਾ ਜੀ। ਹਾਂਜੀ ਇਹਦੇ ਦੋ ਗੁੱਡੀਆਂ ਹੀ ਨੇ ਬਸ, ਹੋਰ ਦੋ ਇਹਨਾਂ ਨੇ ਵਿਚਾਰੇ ਨੇ ਮਸਾਂ ਦੇਖਿਆ ਸੀ। ਘਰ ਵਾਲਾ ਤਾਂ ਬਸ ਪੁੱਛੇ ਨਾ ਦਿਹਾੜੀ ਜੋਤਾ ਉਹ ਕਰਦਾ ਹੈਗਾ। ਮੈਨੂੰ ਬਾਅਦ ਚ ਕੁੜੀ ਦੂਜੀ ਆ ਕੇ ਦੱਸਦੀ ਆ ਕੁੱਤੇ ਨੇ ਵੱਢ ਲਿਆ। ਇੰਨੇ ਚਿਰ ਲੈ ਆਏ ਸੀ ਉਹਨੂੰ ਤੂਰੇ। ਕਿੰਨੀ ਉਮਰ ਹੈ ਜੀ ਜਵਾਕ ਦੀ? 5.5 ਸਾਲ ਦੀ ਆ। ਕੁੱਤਿਆਂ ਨੇ ਕਿੰਨੇ ਕੁੱਤਿਆਂ ਨੇ ਵੱਢ ਲਏ ਕਿੱਥੇ ਜੀ ਘਰ ਦਾ ਰੋਡ? ਮੈਂ ਕੁੱਤੇ ਤਾਂ ਮੈਨੂੰ ਪਤਾ ਨਹੀਂ ਜੀ, ਮੈਂ ਘਰੇ ਹੈ ਨਹੀਂ ਸੀ। ਦੱਸ ਦੇ ਹੋਣਗੇ 10 ਕੁੱਤੇ ਕੀ ਕੰਮ ਕਰਦੇ? ਕਿੰਨੇ ਬੱਚੇ? ਮੇਰੇ ਘਰ ਵਾਲਾ ਸਾਲ ਹੋ ਗਿਆ, ਸਾਲ ਤੁੱਤੇ ਹੋ ਗਿਆ, ਗਿਆ ਹੋਇਆ ਮੁੜ ਕੇ ਨਹੀਂ ਆਇਆ। ਤਿੰਨ ਜੀ, ਦੋ ਗੁੱਡੀਆਂ ਨੇ, ਇੱਕ ਮੁੰਡਾ ਸੀਗਾ। ਮੁੰਡਾ ਸੀ ਤੁਹਾਡਾ? ਹਾਂਜੀ। ਬੱਚਾ ਹੁਣ ਕੁੱਤਿਆਂ ਨੇ ਪੂਰਾ ਹੋ ਗਿਆ? ਹਾਂਜੀ ਹਾਂਜੀ। ਕੀ ਚਾਹੁੰਦੇ ਤੁਸੀਂ ਵੀ ਇੱਡਾ ਵੱਡਾ ਹਾਦਸਾ ਹੋ ਗਿਆ ਵੀ ਹੱਡਾ ਰੋੜੀ ਬਣ ਜੀ? ਇਹ ਤਾਂ ਬਹੁਤ ਗਲਤ ਆ ਜੀ, ਸਾਡਾ ਰੋੜੀ ਆ, ਚੱਕਣਾ ਚਾਹੀਦਾ ਇਹ ਤਾਂ। ਅੱਜ ਮੇਰੇ ਨਾਲ ਬੰਨਿਆ, ਕੱਲ੍ਹ ਕਿਸੇ ਹੋਰ ਨੂੰ ਵੀ ਬਣ ਸਕਦਾ ਜੀ। ਕੀ ਹੋਇਆ ਜੀ ਬੇਨੜ 'ਚ ਹਾਦਸਾ? ਕੀ ਹੋਇਆ? ਇਹ ਜੀ ਦਿਹਾੜੀ 'ਤੇ ਗਏ ਹੋਏ ਤੇ ਜੀ, ਇਹ ਬੱਚੇ ਦੀ ਮੰਮੀ ਜੀ, ਉਹ ਬੱਚਾ 5 ਸਾਲ ਦਾ ਕਿਤੇ ਬਸੰਤ ਕਰਕੇ ਖੇਡਦਾ ਫਿਰਦਾ ਸੀਗਾ ਜੀ। ਉੱਥੇ ਕਣਕਾਂ ਵਾੜੀ ਆ ਪਿੰਡ ਦੇ ਲਵੇ ਜੀ, ਉੱਥੇ ਨਵੇਂ ਕੁੱਤੇ ਦੇ ਕਣਕਾਂ ਵਾੜੀ ਵਾਲੇ ਉਹਨੂੰ ਬੱਚੇ ਨੂੰ ਖਾ ਗਈ। ਮੰਨ ਲੈ ਹੁਣ ਜੇ ਉਹਨਾਂ ਦੇ ਮੂੰਹ ਨੂੰ ਮਾਸ ਲੱਗਿਆ ਹੋਈ, ਜੇ ਕਈ ਵਾਰ ਨਾ ਮਿਲੇ ਉਹ ਹੋਰ ਨੂੰ ਵੀ ਵੜਦੇ ਨੇ ਕੁੱਤੇ ਉੱਥੇ ਜੀ। ਉਹ ਕੁੱਤਿਆਂ ਦਾ ਮੰਨ ਲਾ ਹੱਲ ਹੋਣਾ ਚਾਹੀਦਾ ਕੋਈ। ਕੀ ਉੱਥੇ ਹੱਡਾ ਰੋੜੀ? ਹੱਡਾ ਰੋੜੀ ਆ, ਹਾਂ ਜੀ ਹੱਡਾ ਰੋੜੀ ਕਰਕੇ ਜਦੋਂ ਨੱਕ ਤਾਂ ਉਹਨੂੰ ਮੀਟ ਮਾਸ ਮਿਲਦਾ ਉੱਥੋਂ, ਉਹਨਾਂ ਚੱਕ ਤਾਂ ਚੁੱਪ ਰਹਿੰਦੇ ਨੇ, ਨਹੀਂ ਉਹ ਜਵਾਕਾਂ ਨੂੰ ਹੋਰ ਵੀ ਖਾ ਜਾਂਦੇ ਨੇ। ਤੁਸੀਂ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ ਹੈ ਪੰਚਾਇਤ ਸਰਪੰਚ ਨੇ, ਪੰਚ ਨੇ ਜਾਂ ਪ੍ਰਸ਼ਾਸਨ ਕੋਲ ਵੀ ਹੱਡਾ ਰੋੜੀ 'ਚ ਕਾਊ? ਉਹ ਪਹਿਲਾਂ ਬਹੁਤ ਟਾਈਮ ਚੱਲੇ ਗਏ ਸੋ, ਬਸ ਉਹਨੂੰ ਪਤਾ ਉੱਥੇ ਹੀ ਰਹਿ ਗਈ ਫੇਰ ਹੱਡਾ ਰੋੜੀ। ਪਹਿਲਾਂ ਇੱਕ ਵਾਰ ਚੱਕੀ ਵੀ ਗਈ ਸੀ ਜੀ, ਮੁੜ ਕੇ ਫੇਰ ਉੱਥੇ ਲੱਗ ਗਈ ਜੀ। ਉੱਥੇ ਮੰਨ ਲਾ ਹੋਰ ਵੀ ਬੁੜੀਆਂ ਕੁੜੀਆਂ ਸੈਰ ਕਰਨ ਜਾਂਦੀਆਂ ਨੇ, ਘਰਾਂ ਨੂੰ ਵੀ ਜਾਂਦੇ ਨੇ ਲੋਕ ਜੀ, ਉੱਥੇ ਗਲਤ ਆ ਜੀ ਕੰਮ। ਟੋਪੇ 'ਚ ਡੰਗਰ ਆਉਂਦੇ ਨੇ, ਟੋਪੇ ਨੂੰ ਵੀ ਖਾਂਦੇ।